कौन आया जिते आया बहार मुस्कुरा पैया एक कौन आया जिदे आया बहारां मुस्कुरा पैया। मैं उसे चेक किया सी, मैं कि जिन्नी सोहनी सी समान लगी ने हूं मेरा दिल करता मैं तुहानू सुनावां, ते जे चंगा लगे ते फिर गज के आखना सुभान अल्लाह। की आखना बोलो, जुमला सुने जी की। एक कौन आया बड़ी खुशबख्त सी दाची सवारी कमली वाले दी हलीमा हाथ बस हलीमा हाथ जदों फड़िया मुहारा मुस्कुरा पैया हलीमा हाथ जदों फड़िया मुहारा मुस्कुरा पैया। क्यों कदी उठ दी लेकिन दस दें बल्कि दुआ करने पहले मैं अपने जुमला कहने तो पहले कि अलामा साहब के भाई जिहड़े ने उन्होंने मतलब तबीयत खराब ज्यादा हुई है सीएमएच के लाहौर और इन्होंने कह रही फोन आया कदी उठदी सी कदी बैंदी सी ओते डिगदी तैंदी तैंदी सी ओनू कोल ना कोई बैठांदा सी ओनू नाल ना कोई रलांदा सी ओनू कोल ना कोई बैठांदा सी ओनू नाल ना कोई रलांदा सी ओदी लंघदी किवें दिहाड़ी सी ओदी लंघदी किवें दिहाड़ी सी ओदी डाची सब तो माड़ी सी उस डाची ते जेड़ी माई सी ओदा नाम हलीमा दाई 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 सी आखिर विच म
ਮੱਕੇ ਉਹ ਆਈ ਸੀ ਆਖਿਰ ਵਿੱਚ ਮੱਕੇ ਉਹ ਆਈ ਸੀ ਪਿੱਛੋਂ ਆ ਕੇ ਪਛਤਾਈ ਸੀ ਹਰ ਬੂਹਾ ਉਸ ਖੜਕਾਇਆ ਹੈ ਉਹਨੂੰ ਖੈਰ ਕਿਸੇ ਨਾ ਪਾਇਆ ਹੈ ਉਹਨੂੰ ਖੈਰ ਕਿਸੇ ਨਾ ਪਾਇਆ ਹੈ ਉਹਨੂੰ ਖੈਰ ਕਿਸੇ ਨਾ ਪਾਇਆ ਹੈ ਹਰ ਹਰ ਦੀ ਬਣੀ ਸਵਾਲੀ ਏ ਹਰ ਦਰ ਦੀ ਬਣੀ ਸਵਾਲੀ ਉਹਦੀ ਝੋਲੀ ਫੇਰ ਵੀ ਖਾਲੀ ਏ ਜਦੋਂ ਸਾਰੇ ਪਾਸੇ ਰਹਿ ਗਈ ਏ ਸਰਕਾਰ ਦੇ ਬੋਹੇ ਪੈ ਗਈ ਏ ਸਰਕਾਰ ਦੇ ਬੋਹੇ ਪੈ ਗਈ ਏ ਸਰਕਾਰ ਦੇ ਬੋਹੇ ਪੈ ਗਈ ਏ ਆਖਿਰ ਉਹ ਬੋਹਾ ਜੁੜਿਆ ਏ ਆਖਿਰ ਉਹ ਬੋਹਾ ਜੁੜਿਆ ਏ ਜਿੱਥੋਂ ਖਾਲੀ ਕੋਈ ਨਾ ਮੁੜਿਆ ਏ ਰਹਿਮਤ ਦਾ ਝੂਲਾ ਝੁਲਿਆ ਏ ਸਰਕਾਰ ਦਾ ਬੂਹਾ ਖੁੱਲਿਆ ਏ ਸਰਕਾਰ ਦਾ ਬੂਹਾ ਖੁੱਲਿਆ ਏ ਇੱਕ ਲੌਂਡੀ ਬਾਹਰ ਆਈ ਆਖਰੀ ਮੈਂ ਬਸ ਗਿਰਾ ਔਰ ਮੈਂ ਆਪਣਾ ਮਾਈਕ ਛੋੜਨ ਲੱਗਾ ਹਾਂ ਕਿਉਂਕਿ ਮੈਂ ਮਹਿਸੂਸ ਕਰ ਰਿਹਾ ਹਾਂ ਇਸ ਮਤਲਬ ਜਦ ਇਸ ਕੈਫੀਅਤ ਹੋ ਸਭ ਤੋਂ ਬੜੀ ਖੁਸ਼ਨਸੀਬੀ ਆਪ ਕੀ ਹੈ ਕਿ ਉਹਨੇ ਵਾਅਦਾ ਵਫਾ ਕੀਤਾ ਵਰਨਾ ਇਹ ਸੀਧੇ ਵੀ ਜਾ ਸਕਦੇ ਸੀ ਆਖਰੀ ਬਸ ਮੈਂ ਚਾਰ ਲਾਈਨਾਂ ਮੈਂ ਕਰੂੰਗਾ ਲੇਕਿਨ ਇਹ ਚਾਰ ਲਾਈਨਾਂ ਮੇਰੀ ਹਾਜ਼ਰੀ ਕੀ ਸਭ ਤੋਂ ਬੜੀ ਲਾਈਨ ਸਮਝੀ ਇੱਕ ਲੌਂਡੀ ਬਾਹਰ ਆਈ ਏ ਇੱਕ ਲੌਂਡੀ ਬਾਹਰ ਆਈ ਏ ਇੱਕ ਲੌਂਡੀ ਬਾਹਰ ਆਈ ਏ ਦਾਈ ਵੱਲ ਚਾਹਤੀ ਪਾਈ ਏ ਫੜ ਪਾਹੋਂ ਉਸ ਉਠਾਇਆ ਏ ਨਾਲੇ ਮੋਹੋਂ ਇਹ ਫਰਮਾਇਆ 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 ਏ ਆ ਤੈਨੂੰ ਨਾਲ ਲਜਾਵਾਂ ਮੈਂ ਆ ਤੈਨੂੰ ਨਾਲ ਲਜਾਵਾਂ ਮੈਂ ਆ ਤੈਨੂੰ ਨਾਲ ਲਜਾਵਾਂ ਮੈਂ ਇੱਕ ਡੋਰੀ ਮੋਖ ਵੀ ਖਾਵਾ ਮੈਂ ਸਾਡੇ ਵੇੜੇ ਉਹ ਚੰਨ ਚੜਿਆ ਏ ਜਿਹਦਾ ਚੰਨ ਨੇ ਵੀ ਕਲਮਾ ਪੜਿਆ 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 ਏ ਗਈ ਨਾ ਦਿਲ ਫੜ ਕੇ ਦਿਲ ਫੜ ਕੇ ਆਪਣਾ ਪੈ ਸਰਕਾਰ ਤੱਕ ਦੁਆ ਕਰਤਾ ਹੂੰ ਮਾਲਕ ਮੇਰੀ ਹਾਜ਼ਰੀ ਕੋ ਪੂਰੀ ਬਾਰਗਾਹ ਮੇਂ ਕਬੂਲ ਫਰਮਾਈਏ ਆਜ ਮੈਨੇ ਜਿਤਨਾ ਵੀ ਪੜ੍ਹਾ ਪੰਜ ਦਸ ਮਿੰਟ ਜਿਤਨਾ ਪੜ੍ਹਾ ਕਬੂਲ ਫਰਮਾਈਏਗਾ ਇਨਸ਼ਾ ਅੱਲਾਹ ਕਿਸਮ ਫਿਰ ਆਪਕੇ ਦਰਮਿਆਨ ਮੇਂ ਹਾਜ਼ਰੀ ਹੋਈ ਤੋ ਫਿਰ ਇਨਸ਼ਾ ਅੱਲਾਹ ਪੂਰਾ ਮਜ਼ਾ ਹੋਗਾ ਫਿਰ ਇੱਕ ਵਾਰ ਮੈਂ ਦੁਆ ਕਰੂੰਗਾ ਕਿ ਅੱਲਾਹ ਤਾਲਾ ਕਰੇ ਭਾਈ ਮੋਹਸਨ ਕੋ ਅੱਲਾਹ ਸੀ ਤੇ ਕਾਮਲਾ ਅੱਲਾਹ ਤਾਲਾ ਫਰਮਾਏ